ਪਿਆਰੇ ਵਿਦਿਆਰਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਤੇ ਹਾਜ਼ਰ ਹਾਂ ਬੱਚਿਓ ਮਾਰਨਿੰਗ ਅਸੈਂਬਲੀ ਯਾਨੀ ਮਾਰਨਿੰਗ ਅਸੈਂਬਲੀ ਦਾ ਪਾਰਟ ਐਂਡ ਪਾਰਸਲ ਸਲਾਈਡ ਨੂੰ ਲੈ ਕੇ ਤੇ ਬੱਚਿਓ ਰੋਜ਼ਾਨਾ ਦੀ ਤਰ੍ਹਾਂ ਸ਼ੁਰੂਆਤ ਕਰਾਂਗੇ ਅੱਜ ਹੈ ਦਿਨ ਵੀਰਵਾਰ 25 ਜੂਨ 2020 ਇੰਗਲਿਸ਼ ਬੋਲਾਂਗੇ ਬੱਚਿਓ ਥਰਸਡੇ 25th ਆਫ ਜੂਨ 2020 ਦੇ ਬੱਚਿਓ ਅੱਜ ਦਾ ਵਿਚਾਰ ਹੈ ਕਦੇ ਦੂਜਿਆਂ ਨੂੰ ਠੇਸ ਨਾ ਪਹੁੰਚਾਓ ਬਿਲਕੁਲ ਬੱਚਿਓ ਹਰ ਇੱਕ ਦਾ ਇੱਜ਼ਤ ਮਾਨ ਸਤਿਕਾਰ ਕਰੋ ਛੋਟਿਆਂ ਨੂੰ ਪਿਆਰ ਕਰੋ ਕਿਉਂਕਿ ਹਰ ਇੱਕ ਦੇ ਵਿੱਚ ਪਰਮਾਤਮਾ ਦਾ ਵਾਸ ਕਰਦਾ ਹੈ ਅਗਰ ਆਪਾਂ ਕਿਸੇ ਦਾ ਦਿਲ ਦੁਖਾਨੇ ਤਾਂ ਮਤਲਬ ਪਰਮਾਤਮਾ ਦਾ ਦਿਲ ਦੁਖਾਨੇ ਇਸ ਵਾਸਤੇ ਸਭ ਦੀ ਇੱਜ਼ਤ ਮਾਨ ਸਤਿਕਾਰ ਕਰਨਾ ਚਾਹੀਦਾ ਹੈ ਠੀਕ ਹੈ ਬੱਚਿਓ ਸਭ ਨੂੰ ਜਿਹੜਾ ਪਿਆਰ ਕਰਨਾ ਹੈ ਤਾਂ ਕਿ ਕਿਸੇ ਨੂੰ ਕੋਈ ਕਿਸੇ ਵੀ ਆਪਣੀ ਕਹੀ ਗੱਲ ਤੇ ਠੇਸ ਨਾ ਪਹੁੰਚੇ ਬੱਚੋ ਗਿਆਨ ਵਿਗਿਆਨ ਦੀ ਗੱਲ ਕਰੀਏ ਤੇ ਭਾਰਤ ਦੇ ਪਹਿਲੇ ਉਪਗ੍ਰਹਿ ਦਾ ਨਾਮ ਕੀ ਹੈ ਤੇ ਭਾਰਤ ਦੇ ਪਹਿਲੇ ਉਪਗ੍ਰਹਿ ਦਾ ਨਾਮ ਹੈ ਆਰਿਆਪੱਟ ਜੋ 19 ਅਪ੍ਰੈਲ 1975 ਦੇ ਵਿੱਚ ਜਿਸਰੋ ਦੁਆਰਾ ਲਾਂਚ ਕੀਤਾ ਗਿਆ ਠੀਕ ਹੈ ਇਹ ਆਰਿਆਪੱਟ ਜਿਹੜੇ ਭਾਰਤ ਦੇ ਖੰਗੋਲ ਵਿਦ ਯਾਨੀ ਗਣਿਤਿਕ ਹੋਏ ਉਹਨਾਂ ਦੇ ਨਾਮ ਤੇ ਇਹਨਾਂ ਦਾ ਨਾਮਕਰਨ ਕੀਤਾ ਤੇ 17 ਸਾਲ ਬਾਅਦ ਜਿਹੜਾ ਹੈ ਇਹ ਆਰਿਆਪੱਟ ਜਿਹੜਾ ਜਿਹੜਾ ਸੈਟੇਲਾਈਟ ਹੈ ਇਹ ਵਾਪਸ ਧਰਤੀ ਤੇ ਆਇਆ ਬੱਚਿਓ ਅਗਲਾ ਪ੍ਰਸ਼ਨ ਹੈ ਕਿਲਾ ਮੁਬਾਰਕ ਪੰਜਾਬ ਵਿੱਚ ਕਿੱਥੇ ਸਥਿਤ ਹੈ ਤੇ ਕਿਲਾ ਮੁਬਾਰਕ ਪੰਜਾਬ ਵਿੱਚ ਬਠਿੰਡਾ ਵਿੱਚ ਜ ਸਥਿਤ ਹੈ ਬੱਚਿਓ ਇਹ ਰੱਜਿਆ ਸੁਲਤਾਨ ਨੂੰ ਜਿਹੜਾ ਇੱਥੇ ਕੈਦ ਕਰਕੇ ਰੱਖਿਆ ਗਿਆ ਸੀ ਅੱਜ ਵੀ ਇਹ ਕਿਲਾ ਜਿਹੜਾ ਹੈ ਬੱਚਿਓ ਸਥਿਤ ਹੈ ਇਹਦੀ ਖਾਸੀਅਤ ਦੱਸਦਾ ਕਿ ਭਾਰਤ ਦਾ ਸਭ ਤੋਂ ਪੁਰਾਣਾ ਜਿਹੜਾ ਕਿਲਾ ਹੈ ਜੋ ਅੱਜ ਵੀ ਇੱਥੇ ਸਥਿਤ ਹੈ ਛੋਟੀਆਂ-ਛੋਟੀਆਂ ਇੱਟਾਂ ਦਾ ਬਣਿਆ ਹੋਇਆ ਹੈ ਅਗਲੇ ਪ੍ਰਸ਼ਨ ਦੀ ਗੱਲ ਕਰੀਏ ਬੱਚਿਓ ਸ਼ਹੀਦ ਰਾਜਗੁਰੂ ਕਿੱਥੋਂ ਦਾ ਰਹਿਣ ਵਾਲਾ ਸੀ ਤੇ ਸ਼ਹੀਦ ਰਾਜਗੁਰੂ ਬੱਚਿਓ ਮਹਾਰਾਸ਼ਟਰ ਦੇ ਰਹਿਣ ਵਾਲੇ ਸੀ ਸ਼ਹੀਦ ਭਗਤ ਸਿੰਘ ਜੀ ਸ੍ਰੀ ਰਾਜਗੁਰੂ ਜੀ ਸ੍ਰੀ ਸੁਖਦੇਵ ਜੀ ਜਿਹੜੇ ਇਹਨਾਂ ਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਹਨਾਂ ਨੂੰ 23 ਮਾਰਚ 1931 ਨੂੰ ਜਿਹੜਾ ਹੈ ਲਾਹੌਰ ਦੇ ਵਿੱਚ ਫਾਂਸੀ ਦਿੱਤੀ ਗਈ ਸੀ ਅਗਲੇ ਪ੍ਰਸ਼ਨ ਦੀ ਗੱਲ ਕਰੀਏ ਬੱਚੋ ਰੋਮਨ ਅੰਕ ਪ੍ਰਣਾਲੀ ਵਿੱਚ 20 ਕਿਵੇਂ ਲਿਖਿਆ ਜਾਂਦਾ ਹੈ ਤੇ ਰੋਮਨ ਅੰਕ ਪ੍ਰਣਾਲੀ ਵਿੱਚ 20 ਡਬਲ ਐਕਸ ਯਾਨੀ ਐਕਸ ਦਾ ਮਾਣ ਜਿਹੜਾ ਹੈ ਉਹ 10 ਹੈ ਤੇ 10 ਤੇ 10 20 ਇਹਦੇ ਵਿੱਚ ਇੱਕ ਬਹੁਤ ਵੱਡੀ ਗਲਤੀ ਕਰਦੇ ਨੇ ਬੱਚਿਓ ਕਿ ਟੀਚਰਸ ਲੋਗ ਵੀ ਗਲਤੀ ਕਰ ਦੇਣੇ ਕੀ ਉੱਪਰ نیچے ਲਾਈਨਿੰਗ ਕਰ ਦਿੰਦੇ ਨੇ ਲਾਈਨਾਂ ਖਿੱਚ ਦਿੰਦੇ ਨੇ ਜੋ ਬਿਲਕੁਲ ਗਲਤ ਹੈ ਇਹਦੇ ਉੱਪਰ ਲਾਈਨਿੰਗ ਨਹੀਂ ਹੁੰਦੀ ਇਹ ਬਿਲਕੁਲ ਸਿੰਪਲ ਤਰੀਕੇ ਨਾਲ ਲਿਖਿਆ ਜਾਂਦਾ ਜਿਵੇਂ ਕਿ ਸਕਰੀਨ 'ਚ ਤੁਹਾਨੂੰ ਦਿਖਾਇਆ ਗਿਆ ਹੈ ਅਗਲਾ ਪ੍ਰਸ਼ਨ ਹੈ ਬੱਚਿਓ ਸਰੀਰ ਦਾ ਤਾਪਮਾਨ ਮਾਪਣ ਲਈ ਡਾਕਟਰ ਕਿਸ ਔਜ਼ਾਰ ਦੀ ਵਰਤੋਂ ਕਰਦਾ ਹੈ ਤੇ ਸਰੀਰ ਦਾ ਮਾਪ ਜਿਹੜਾ ਹੈ ਮਾਪ ਜਿਹੜਾ ਹੈ ਥਰਮਾਮੀਟਰ ਦੇ ਦੁਆਰਾ ਮਾਪਿਆ ਜਾਂਦਾ ਹੈ ਕਿ ਬੁਖਾਰ ਹੈ ਜਾਂ ਨਹੀਂ ਹੈ 99.6% ਜਿਹੜਾ ਹੈ ਲਗਭਗ ਨਾਰਮਲ ਤਾਪਮਨ ਮਾਨਵ ਸਰੀਰ ਦਾ ਰਹਿੰਦਾ ਹੈ ਅਗਰ ਇਸ ਤੋਂ ਜ਼ਿਆਦਾ ਹੁੰਦਾ ਹੈ ਤੇ ਇਸ ਦਾ ਮਤਲਬ ਕਿ ਆਪਣੇ ਸਰੀਰ ਦਾ ਜਿਹੜਾ ਤਾਪਮਨ ਜ਼ਿਆਦਾ ਹੈ ਯਾਨੀ ਬੁਖਾਰ ਹੈ ਅਗਲੇ ਪਰ ਜਿਹੜਾ ਹੈ ਬੱਚੇ ਬੁਝਾਰਤ ਹੈ ਤੁਰਦੀ ਹਾਂ ਪਰ ਦਿਖਦੀ ਨਹੀਂ ਮੇਰੇ ਨਾਲ ਸਭ ਦੀ ਜਾਨ ਦੋ ਲਫ ਜਾਂਦੀ ਚੀਜ਼ ਹਾਂ ਬੁੱਝੋ ਮੇਰਾ ਨਾਮ ਤਾਂ ਬੱਚੋ ਕੀ ਹੈ ਹਵਾ ਦੇਖੋ ਤੁਰਦੀ ਆਪਾਂ ਨੂੰ ਦਿਖਦੀ ਨਹੀਂ ਹੈ ਦੀ ਆਪਣੀ ਜਾਨ ਕਿਦੇ ਚ ਹੈ ਹਵਾ ਚ ਹਵਾ ਨਹੀਂ ਹੈ ਤੇ ਆਪਾਂ ਜੀ ਨਹੀਂ ਸਕਦੇ ਹਵਾ ਜੋ ਆਪਾਂ ਨੂੰ ਆਕਸੀਜਨ ਮਿਲਦੀ ਹੈ ਜੋ ਆਪਣੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਦੋ ਅਲਫਜ਼ਾਂ ਚ ਨਾਮ ਹੈ ਤੇ ਉਹ ਕੀ ਹੈ ਨਾਮ ਹੈ ਹਵਾ ਹੈ ਵਰਡਸ ਫॉर ਪ੍ਰੈਕਟਿਸ ਦੀ ਗੱਲ ਕਰੀਏ ਬੱਚੋ ਤੇ ਅੱਜ ਦਾ ਪਹਿਲਾ ਵਰਡ ਹੈ ਗ੍ਰੇਸ ਗ੍ਰੇਸ ਜੀ ਆਰ ਏ ਸੀ ਈ ਗ੍ਰੇਸ ਗ੍ਰੇਸ ਮਤਲਬ ਕਿਰਪਾ ਦੂਸਰਾ ਵਰਡ ਹੈ ਗ੍ਰਿਲ ਜੀ ਆਰ ਆਈ ਡਬਲ ਐਲ ਗ੍ਰਿਲ ਗ੍ਰਿਲ ਮਤਲਬ ਜਾਲੀ ਜਾਂ ਕਹਿ ਦਈਏ ਜੰਗਲਾ ਤੀਸਰਾ ਵਰਡ ਹੈ ਗਰਾਉਂਡ ਜੀ ਆਰ ਓ ਯੂ ਐਂਡ ਡੀ ਗਰਾਉਂਡ ਮੈਦਾਨ ਚੌਥਾ ਵਰਡ ਹੈ ਗ੍ਰੇਟ ਜੀ ਆਰ ای ਏ ਟੀ ਗ੍ਰੇਟ ਮਹਾਨ ਤੇ ਪੰਜਵਾਂ ਵਰਡ ਬੱਚੋ ਲਾਸਟ ਵਰਡ ਹੈ ਗ੍ਰੈਪਸ ਜੀ ਆਰ ਏ ਪੀ ای ਐਸ ਗ੍ਰੈਪਸ ਅੰਗੂਰ ਜੋ ਫਰੂਟਸ ਆਪਾਂ ਖਾਂਦੇ ਆ ਗ੍ਰੈਪਸ ਤੇ ਬੱਚੋ ਇਹ ਸਨ ਅੱਜ ਦੇ ਵਰਡਸ ਠੀਕ ਹੈ ਔਰ ਗਿਆਨ ਵਿਗਿਆਨ ਦੀਆਂ ਗੱਲਾਂ ਤੇ ਅੱਜ ਦਾ ਵਿਚਾਰ ਇਹਨਾਂ ਨੂੰ ਸਭ ਨੂੰ ਤੁਸੀਂ ਆਪਣੀ ਨੋਟਬੁੱਕ ਤੇ ਨੋਟ ਕਰਨਾ ਹੈ ਰੋਜ਼ਾਨਾ ਦੀ ਤਰ੍ਹਾਂ ਠੀਕ ਹੈ ਬੱਚੋ Thank you very much.